ਹੀ ਹੱਥ ਜੇ ਭੈਣ ਨੂੰ ਕੁੱਟਣ ਲਈ ਅੱਗੇ ਆਉਂ ਤਾਂ ਉਸ ਭੈਣ ਤੇ ਕੀ ਬੀਤੇਗੀ। ਇਹ ਦੋਸ਼ ਲਗਾਏ ਨੇ ਅੰਮ੍ਰਿਤਸਰ ਦੇ ਨਾਲ ਲੱਗਦੇ ਗੁਰੂ ਦੀ ਵਡਾਲੀ ਦੀ ਰਹਿਣ ਵਾਲੀ ਪ੍ਰਭਦੀਪ ਕੌਰ ਨੇ। ਮਹਿਲਾ ਦਾ ਕਹਿਣਾ ਕਿ ਜਦੋਂ ਉਸਨੇ ਆਪਣੇ ਮਾਪਿਆਂ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ ਤਾਂ ਉਸਦੇ ਭਰਾਵਾਂ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਸਰ, ਮੇਰਾ ਨਾਮ ਪ੍ਰਭਦੀਪ ਕੌਰ। ਕੀ ਗੱਲ ਹੋਈ? ਸਰ, ਸਾਡੇ ਘਰੇਲੂ ਝਗੜਾ ਸੀ ਤੇ ਉਹਦੇ ਕਾਰਨ ਮੇਰੇ ਬ੍ਰਦਰਾਂ ਨੇ ਮੈਨੂੰ ਕਾਫੀ ਜ਼ਿਆਦਾ ਮਾਰਿਆ ਕੁੱਟਿਆ। ਕਿਸ ਕਿਸ ਗੱਲ ਤੋਂ ਲੜਾਈ ਹੋਈ? ਸਾਡੀ ਆਪਸ ਦੀ ਮਤਲਬ ਕਿ ਥੋੜਾ ਝਗੜਾ ਸੀ ਘਰ ਤੋਂ ਹੀ ਲੈ ਕੇ ਸੀ। ਹਾਂਜੀ, ਉਸ ਕਰਕੇ ਮਾਰਿਆ ਤੁਹਾਨੂੰ? ਮੇਰੇ ਬ੍ਰਦਰ ਨੇ ਤੇ ਉਹ ਮੇਰੇ ਦੂਜੇ ਰੇਲ ਬ੍ਰਦਰ ਦਾ ਤੁਹਾਡਾ? ਹਾਂਜੀ, ਮੇਰੇ ਨਾਮ ਉਹਦਾ ਮੇਰੇ ਰੇਲ ਬ੍ਰਦਰ ਦਾ ਨਾਂ ਹੈਗਾ ਏ ਸੋਨੂੰ ਤੇ ਦੂਜਿਆਂ ਦੇ ਨਾਂ ਹੈਗੇ ਆ ਸੂਰਜ ਆ ਤੇ ਇੱਕ ਕਾਕਾ ਸੀ ਗੋਪੀ ਤੇ ਸੇਵਕ ਪ੍ਰਿੰਸ, ਚਾਰ ਪੰਜ ਜਣੇ ਸੀ ਜਿਨ੍ਹਾਂ ਨੇ ਮੈਨੂੰ ਮਤਲਬ ਕਿ ਰਲ ਕੇ ਕੁੱਟਿਆ। ਮਾਰਿਆ ਤੁਹਾਨੂੰ? ਕੱਲ ਕੋਈ 6:30 ਵਜੇ। ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ? ਉਸ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਜਾ ਕੇ ਥਾਣੇ ਰਿਪੋਰਟ ਕਰਾ ਕੇ ਆਓ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਵੀ ਡਰਾਇਆ ਧਮਕਾਇਆ ਤੇ ਸਾਡੇ ਮੋਟਰਸਾਈਕਲ ਤੇ ਜਾ ਕੇ ਬਹਿ ਕੇ ਵੀ ਅਸੀਂ ਜਾਣ ਨਹੀਂ ਦੇਣਾ ਤੇ ਬਾਹਰੋਂ ਕੁੰਡੀ ਲਾਤੀ ਉਹਨਾਂ ਨੇ ਤੇ ਮਤਲਬ ਕਿ ਕਿਸੇ ਨੇ ਕੁੱਟਿਆ ਤੁਹਾਨੂੰ? ਮੈਨੂੰ ਉਹਨਾਂ ਨੇ ਮਤਲਬ ਇੱਦਾਂ ਹੱਥਾਂ ਨਾਲ ਕੁੱਟਿਆ, ਮੁੱਕੀਆਂ ਮਾਰੀਆਂ, ਸਿਰ ਚ ਸਿਰ ਵਿੱਚ ਕਾਫੀ ਜ਼ਿਆਦਾ ਸਿਰ ਸੱਟ ਲੱਗੀ ਆ। ਹਾਂਜੀ, ਫਿਰ ਤੁਸੀਂ ਕੀ ਮੰਗ ਕਰਦੇ ਹੋ ਹੁਣ? ਸਰ, ਮੈਨੂੰ ਮਤਲਬ ਕਿ ਇਨਸਾਫ ਹੀ ਚਾਹੀਦਾ। ਮਾਰਨ ਦੀ ਵਜ੍ਹਾ ਇਹ ਕਿ ਮੈਂ ਮਤਲਬ ਕਿ ਆਪਣੇ ਬ੍ਰਦਰ ਕੋਲ ਹਿੱਸਾ ਮੰਗਦੀ ਹਾਂ ਵੀ ਮੈਨੂੰ ਮਤਲਬ ਕਿ ਮੈਂ ਆਪਣਾ ਘਰ ਲੈਣਾ, ਮੈਨੂੰ ਡੈਡੀ ਮੇਰੇ ਦੀ ਮਤਲਬ ਕਿ ਜੋ ਰਿਟਾਇਰਮੈਂਟ ਦਾ ਪੈਸਾ ਮਿਲਿਆ ਉਹਦੇ ਵਿੱਚੋਂ ਮੈਨੂੰ ਹਿੱਸਾ ਚਾਹੀਦਾ ਸੀ ਅਤੇ ਇਸ ਕਰਕੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ। ਦੁਕਾਨ ਮੇਰੀ ਪਹਿਲਾਂ ਹੀ ਬੁਟੀਕ ਦੀ ਪਰ ਹੁਣ ਨਹੀਂ ਮੈਂ ਕਰਦੀ, ਹੁਣ ਮੈਂ ਘਰੇ ਕਰਦੀ ਹਾਂ ਸਟੀਚਿੰਗ। ਮੈਂ 181 ਨੰਬਰ 'ਤੇ ਫੋਨ ਕੀਤਾ ਸੀ ਅਤੇ ਉਹਨਾਂ ਨੇ ਹੁਣ ਮਤਲਬ ਕਿ ਛਿਆੜਿਓ ਸਾਨੂੰ ਫੋਨ ਆਇਆ ਵਾ, ਹੁਣ ਉਹ ਕਾਰਵਾਈ ਕਰਨਗੇ। ਹਾਂਜੀ, ਮੇਰਾ ਨਾਮ ਰਾਹੁਲ ਹੈਗਾ ਅਤੇ ਇਹ ਇਹਨਾਂ ਮੇਰੇ ਮਾਮੂ ਨਾਲ ਮੰਮੀ ਮੇਰੇ ਨੂੰ ਬਹੁਤ ਜ਼ਿਆਦਾ ਸੱਟ ਲਾਈ ਆ। ਮੇਰੇ 5-6 ਮਾਮੂ ਆ, ਉਹਨਾਂ ਸੱਟਾਂ ਲਾਈਆਂ ਵਾ। ਇੱਕ ਦਾ ਨਾਮ ਸੋਨੂ, ਇੱਕ ਦਾ ਨਾਮ ਸੂਰਜ, ਇੱਕ ਦਾ ਨਾਮ ਕਾਕਾ, ਪ੍ਰਿੰਸ, ਸੇਵਕ, ਗੋਪੀ, ਬਸ ਇਹ ਹੈਗੇ। ਨਾਲ ਮੇਰੀਆਂ ਨਾਨੀਆਂ ਅਤੇ ਮੇਰੀ ਇੱਕ ਭੂਆ ਵਾ, ਉਹ ਵੀ ਆਣ ਕੇ, ਅਤੇ ਜਿਹੜੀ ਮੇਰੀ ਇੱਕ ਮਾਮੀ ਸੀ ਨਾ ਸੋਨੂ ਦੀ ਵੋਟੀ ਜਿਹੜੀ, ਉਹ ਆਣ ਕੇ ਉਹਨੇ ਸਾਡੇ ਦੋਵੇਂ ਫੋਨ ਫੜ ਲਏ। ਆਪਾਂ ਨਾ ਪੁਲਿਸ ਨੂੰ ਫੋਨ ਕਰਨ ਜੋਗੇ ਅਤੇ ਨਾ ਹੋਰ ਕਿਸੇ ਨੂੰ ਹੈਲਪ ਲੈਣ ਜੋਗੇ। ਅਤੇ ਫਿਰ ਮੰਮੀ ਨੇ ਕਿਹਾ ਜਾ ਤੂੰ ਥਾਣੇ ਚਲ ਜਾ। ਅਤੇ ਫਿਰ ਇਹਨਾਂ ਮੈਨੂੰ ਇਹਨਾਂ ਫਿਰ ਇਹ 12 ਵਜੇ ਤੱਕ ਬੈਠੇ ਰਹੇ ਘਰ ਰਾਤ ਵੀ ਇਹ ਜਾਵੇ ਨਾ ਕਿਤੇ। ਫਿਰ ਥੱਲੇ ਜਿਹੜੇ ਰੈਂਟ 'ਤੇ ਰਹਿੰਦੇ ਸੀ ਉਹਨਾਂ ਫਿਰ ਕਿਹਾ, ਉਹਨਾਂ ਨੂੰ ਇਹ ਉਹ ਮਤਲਬ ਧਮਕਾ ਕੇ ਗਏ ਵੀ ਤੁਸੀਂ ਚਾਬੀ ਨਹੀਂ ਦੇਣੀ ਭਾਵੇਂ ਜੋ ਮਰਜ਼ੀ ਹੋ ਜੇ। ਫਿਰ ਮੈਂ ਕਿਹਾ ਉਹਨਾਂ ਨੂੰ ਵੀ ਚਾਬੀ ਦਿਉ, ਕਹਿੰਦੇ ਅਸੀਂ ਨਹੀਂ ਦੇਣੀ। ਅਤੇ ਫਿਰ ਮੈਂ ਕਿਹਾ ਮੰਮੀ ਮੇਰੇ ਨੂੰ ਸੱਟ ਬੜੀ ਲੱਗੀ ਆ, ਜੇ ਕੁਝ ਹੋ ਗਿਆ ਨਾ ਅਤੇ ਬਾਅਦ ਤੁਹਾਨੂੰ ਵੀ ਵਿੱਚੇ ਘੜੀਸਣਾ ਜੇ। ਫਿਰ ਉਹਨਾਂ ਦਰਦਿਆਂ ਨੇ ਚਾਬੀ ਦੇ ਦਿੱਤੀ, ਫਿਰ ਆਪਾਂ ਰਾਤ ਉੱਥੋਂ ਆ ਗਏ। ਅਤੇ ਫਿਰ ਇਸ ਕਰਕੇ ਰਾਤ ਉੱਥੋਂ ਆਏ ਅਤੇ ਫਿਰ ਹੈਲਪ ਕਿਸੇ ਨੇ ਸਾਡੀ ਕੀਤੀ ਅਤੇ ਫਿਰ ਆਪਾਂ ਹੁਣ ਹੋਸਪਿਟਲੋਂ ਦਵਾਈ ਲਈ ਆ। ਹੈਲਪ ਉਹ ਦੋ, ਇੱਕ ਲੇਡੀਜ਼ ਆਈ ਸੀ, ਦੋ ਇੱਕ ਫਿਰ ਦੋ ਲੇਡੀਜ਼ ਆਈਆਂ ਸੀ ਅਤੇ ਬਾਅਦ 'ਚ ਉੱਥੇ ਪੁਲਿਸ ਵਾਲੇ ਸੀ, ਉਹਨਾਂ ਹੈਲਪ ਕੀਤੀ, ਫਿਰ 108 ਮੰਗਾਈ। ਹਾਂਜੀ, ਅਤੇ ਉਹਨਾਂ ਬੜਾ ਮਤਲਬ ਕੁੱਟਿਆ ਆਣ ਕੇ ਅਤੇ ਸਾਨੂੰ ਵੀ ਬੜਾ ਕੁੱਟਿਆ, ਮੈਨੂੰ ਅਤੇ ਇਹਨੂੰ ਮੇਰੇ ਭਰਾ ਨੂੰ ਵੀ। ਸਾਡੇ ਗਲ ਪਏ, ਇੱਕ ਮੇਰੀ ਭੈਣ ਆ, ਉਹ ਮੇਰੀ ਭੈਣ ਮੇਰੇ ਤੋਂ ਛੋਟੀ ਆ, ਉਹਦਾ ਨਾਮ ਪਲਕ ਹੈਗਾ ਵਾ, ਅਤੇ ਉਹਨੂੰ ਲੈ ਕੇ ਗਏ ਆ। ਉਹ ਦਿਮਾਗ ਦੀ ਥੋੜ੍ਹੀ ਸਿੱਧੀ ਆ, ਸਿੱਧੀ ਉਹਨੂੰ ਡਰਾ ਧਮਕਾ ਕੇ ਅਤੇ ਸਾਡੀ ਬਲ ਖਰਾਬ ਮਤਲਬ ਬਲਵਾਉਂਦੇ ਆ ਵੀ ਤੂੰ ਇਸ ਤਰ੍ਹਾਂ ਕਹਿ ਇਹਨਾਂ ਨੂੰ ਵੀ ਇਹਨਾਂ ਦੇ ਇਸ ਤਰ੍ਹਾਂ ਕੋਈ ਮੰਗ ਕਰਦੇ ਹੋ? ਨਹੀਂ, ਇਹ ਮੰਗ ਕਰਦੇ ਹਾਂ ਵੀ
ਸਾਡਾ ਹਿੱਸਾ ਦਿੱਤਾ ਜਾਵੇ ਸਾਨੂੰ। ਜਿਹੜੇ ਮੇਰੇ ਨਾਨੂ ਦਾ ਰਿਟਾਇਰਮੈਂਟ ਦਾ ਪੈਸਾ ਨਾ, ਥੋੜ੍ਹਾ ਹਿੱਸਾ ਸਾਨੂੰ ਸਾਡਾ ਜਿਹੜਾ ਹਿੱਸਾ ਬਣਦਾ ਉਹ ਦਿੱਤਾ ਜਾਵੇ। ਉਸ ਤਰ੍ਹਾਂ ਸਾਡੇ ਨਾਨੂ ਨੇ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਵਿੱਚ ਜਾਇਦਾਦ ਨੂੰ ਲੈ ਕੇ ਝਗੜਾ ਹੋਇਆ, ਜਿਸ ਸੰਬੰਧੀ ਤਫਤੀਸ਼ ਜਾਰੀ ਹੈ। ਦੇਖੋ ਗੁਰਪ੍ਰਤਾਪ ਸਿੰਘ ਅਸੀਂ ਉਦੋਂ ਮੌਕੇ 'ਤੇ ਗਏ ਸੀਗੇ, ਉਹ ਪਤਾ ਚੱਲਿਆ ਕਿ ਉਹਨਾਂ ਦਾ ਕੋਈ ਘਰੇਲੂ ਜਿਹੜਾ ਵਾ ਆਪਸੀ ਲੜਾਈ ਝਗੜਾ ਹੈਗਾ ਆ। ਲੜਕੀ ਡਾਈਵੋਰਸਡ ਆ, ਆਪਣੇ ਪੇਰੈਂਟਸ ਕੋਲ ਅਲੱਗ ਰਹਿ ਰਹੀ ਆ ਆਪਣੇ ਹਸਬੈਂਡ ਤੋਂ। ਪੇਰੈਂਟਸ ਵੀ ਕੁਛ ਥੋੜ੍ਹਾ ਉੱਥੇ ਜਿਹੜੇ ਭਰਾਵਾਂ ਦਾ ਵੀ ਦਾਵਾ ਕਿ ਉਹ ਸਾਨੂੰ ਪੁੱਛਗਿੱਛ ਨਹੀਂ ਕਰਦੀ। ਕੁਛ ਇਹ ਵੀ ਪਤਾ ਚੱਲਿਆ ਖੁਫੀਆ ਤੌਰ 'ਤੇ ਉਹਦੇ ਜਿਹੜੇ ਫਾਦਰ ਸੀਗੇ ਉਹ FCI 'ਚੋਂ ਸ਼ਾਇਦ ਰਿਟਾਇਰ ਹੋਏ ਆ, ਅਤੇ ਉਹਨਾਂ ਦੇ 40 ਲੱਖ ਰੁਪਏ ਉਹਨਾਂ ਨੂੰ ਮਿਲਿਆ ਸੀ ਉਹ ਭਰਾਵਾਂ ਕੋਲੋਂ ਵੰਡ ਜਿਹੜੀ ਲੈਂਦੀ ਆ, ਇਸ ਕਰਕੇ ਉਹਨਾਂ ਦਾ ਆਪਸੀ ਘਰੇਲੂ ਝਗੜਾ ਆ। ਅਤੇ ਅਸੀਂ ਤਫਤੀਸ਼ਮੈਂ ਕਰ ਰਹੇ ਹਾਂ, ਅਸੀਂ ਆਪ ਸਰਦਾਰ ਭੁਪਿੰਦਰ ਸਿੰਘ ਦੇਖ ਰਹੇ ਨੇ ਉਹਨਾਂ ਨੂੰ, ਜਿਹੜੀ ਕਾਰਵਾਈ ਬਣਦੀ ਕਰਨਗੇ ਜੀ।